ਹੈਲੋ ਸਤਿ ਸ਼੍ਰੀ ਅਕਾਲ ਜੀ। ਆ ਵੀਰੋ ਤੁਹਾਨੂੰ ਇੱਕ ਟਰੈਕਟਰ ਦੇ ਉੱਤੇ ਤੁਹਾਨੂੰ ਅੱਜ ਟਰਾਇਲ ਕਰਕੇ ਦਿਖਾਉਂਦੇ ਹਾਂ ਅਰਜਨ 555 ਅਲਟਰਾ। ਇਹਦੇ ਉੱਪਰ ਸਿਰਫ ਹਾਈ ਲੋ ਕੰਪਨੀ ਵੱਲੋਂ ਪੁਰਾਣੇ ਟਰੈਕਟਰਾਂ ਦੇ ਉੱਪਰ ਗੇਅਰ ਆਉਂਦੇ ਨੇ ਅਤੇ ਹੁਣ ਆਪਾਂ ਨੇ ਇਹਦੇ ਉੱਤੇ ਦੋ ਗੇਅਰ ਹੋਰ ਐਕਸਟਰਾ ਲਾਏ ਨੇ, ਲੋ ਤੋਂ ਹੇਠਾਂ ਦੋ ਸਪੀਡਾਂ ਹੋਰ ਕਰੀਆਂ ਨੇ ਇਹਦੀਆਂ ਲੋਹੜ ਵਾਲੇ ਕੰਮਾਂ ਵਾਸਤੇ, ਤਾਂ ਕਿ ਮਤਲਬ ਲੋਹੜ ਵਾਲੇ ਕੰਮਾਂ 'ਤੇ ਟਰੈਕਟਰ ਦੁਬਾਰਾ ਕਾਮਯਾਬ ਹੋ ਜਾਣਾ, ਨਹੀਂ ਟਰੈਕਟਰ ਦੇ ਕੀ ਉਹਨਾਂ ਨੂੰ ਫੇਲ ਮੰਗੂ ਨੇ ਹਾਈ ਲੋ ਵਾਲੇ ਵੱਡੇ ਮਸ਼ੀਨਰੀਆਂ ਕਰਕੇ। ਆਹ ਤੁਹਾਨੂੰ ਦਿਖਾਵਾਂ ਲੀਵਰੇਜ ਦਾ, ਆਹ ਲੀਵਰ ਇਸਦੇ ਬਣਾ ਕੇ ਲਾਇਆ ਆਪਣਾ ਮਿਸਤਰੀ ਲਖਵਿੰਦਰ ਸਿੰਘ ਜੀ ਨੇ, ਇਹ ਤਿਆਰ ਕਰ ਦਿੰਦਾ ਟਰੈਕਟਰ, ਮੇਰਾ ਭਰਾ ਹੈ ਛੋਟਾ, ਇਹ ਦੋਏ ਅਸੀਂ ਰਲ ਕੇ ਕੰਮ ਕਰਦੇ ਹਾਂ। ਅਤੇ ਆਹ ਲੀਵਰ ਲਾਇਆ ਇਸਦੇ ਆਪਾਂ ਨੇ ਐਕਸਟਰਾ ਲਾਇਆ, ਹੁਣ ਪਹਿਲਾਂ ਲੀਵਰ ਓਰਿਜਨਲ ਆਹ ਹੁੰਦਾ ਹਾਈ ਲੋ ਵਾਲਾ ਅਰਜਨ ਦਾ। ਚਲੋ ਲਖਵਿੰਦਰ ਸਿੰਘ ਜੀ ਤੁਸੀਂ ਟਰਾਇਲ ਕਰਕੇ ਦਿਖਾਓ, ਬਾਕੀ ਸਪੀਡਾਂ ਮੈਂ ਇਹਦੇ ਵਿੱਚ ਦੱਸੂਗਾ ਬੋਲ ਕੇ ਵੀ ਜਿਵੇਂ ਪਹਿਲਾਂ ਇਹਦੇ ਹਾਈ ਵਿੱਚ ਆਪਾਂ ਚੈੱਕ ਕਰਦੇ ਹਾਂ ਕਿ ਉਹ ਚੱਲਦਾ, ਪਹਿਲਾਂ ਹਾਈ ਦਾ ਓਰਿਜਨਲ ਹੁੰਦਾ, ਪਹਿਲਾਂ ਉਹੀ ਪਹਿਲੇ ਹਾਈ 'ਚ ਪਾ ਲਓ ਜੀ, ਮੋਰੇ ਤਾਂ ਰੱਖੋ ਸਾਰੇ ਗੇਰਾ ਇੱਕੋ ਰੇਸ ਦੇ ਦਿੰਦੇ। ਪਹਿਲੇ ਹਾਈ ਦੇ ਵਿੱਚ ਇਹ 3 ਮਿੰਟ ਦੇ ਵਿੱਚ 1 ਕਿਲੋਮੀਟਰ ਦੂਰੀ ਤੈਅ ਕਰਦਾ ਹੁੰਦਾ। ਰੋਕੋ ਜੀ, ਆਹ ਪਹਿਲਾਂ ਹਾਈ ਦਾ ਓਰਿਜਨਲ ਤੋਰ ਆ ਗਿਆ, ਲੋ ਪਾਰਟੀ ਦਿਖਾਓ ਜੀ, ਜਿਹੜਾ ਪਹਿਲਾਂ ਕੰਪਨੀ ਦਾ ਓਰਿਜਨਲ ਲੋ ਹੁੰਦਾ ਉਹਦੇ ਵਿੱਚ ਇਹ 1 ਕਿਲੋਮੀਟਰ ਦੂਰੀ 8 ਮਿੰਟ ਦੇ ਵਿੱਚ ਤੈਅ ਕਰਦਾ, ਜੋ ਮਤਲਬ ਪਹਿਲਾਂ ਲੋਡ ਦੇ ਕੰਮਾਂ 'ਤੇ ਚੱਲਦਾ ਇਹ 1 ਕਿਲੋਮੀਟਰ ਦੂਰੀ 8 ਮਿੰਟ ਦੇ ਵਿੱਚ ਤੈਅ ਕਰਦਾ। ਅਤੇ ਹੁਣ ਜਿਹੜਾ ਆਪਾਂ ਨੇ ਇਹਦੇ ਵਿੱਚ ਗੇਅਰ ਹੋਰ ਆਪਸ਼ਨ ਲਾਈ ਹੈ, ਉਹ ਲੋ ਥੋੜ੍ਹਾ ਜਿਹਾ ਇੱਕ ਘੱਟ ਹੈ, ਕੈਮਰਾ ਬਰਾਬਰ ਇਸ ਲੋ ਦੇ ਵਿੱਚ ਇਹ 1 ਕਿਲੋਮੀਟਰ ਦੀ ਦੂਰੀ 21 ਮਿੰਟ ਦੇ ਵਿੱਚ ਤੈਅ ਕਰੂਗਾ, ਪਹਿਲਾਂ 8 ਕਿਲੋਮੀਟਰ ਕੱਢਦਾ ਕੰਪਨੀ ਦਾ, ਇਹ ਹੁਣ 21 ਮਿੰਟ ਵਿੱਚ ਦੂਰੀ ਤੈਅ ਕਰਦਾ, ਮਤਲਬ ਕਿ ਪੀ ਆਈ ਸੀ ਤਕਰੀਬਨ ਲਗਭਗ ਤੋਰਾ ਸਲੋ ਹੋ ਗਿਆ ਲੋ ਨਾਲੋਂ ਪੀ ਆਈ ਦਾ। ਅਤੇ ਇੱਕ ਇਹਦੇ ਨਾਲ ਹੋਰ ਵੀ ਆਪਣੇ ਸਲੋ ਗੇਅਰ ਬਣਾਇਆ, ਇਹ ਹੈਗਾ ਜੀ ਡਬਲ ਲੋ ਹੋ ਗਿਆ ਉਹਦੇ, ਇਹ ਆਹ ਦੌਰਾ ਬਿਲਕੁਲ ਸਲੋ ਹੈ ਪਹਿਲੇ ਵਿੱਚ, ਇਸ ਦੇ ਵਿੱਚ ਇਹ ਦੂਰੀ 1 ਘੰਟੇ ਦੇ ਵਿੱਚ ਤਕਰੀਬਨ 1 ਕਿਲੋਮੀਟਰ ਦੂਰੀ ਤੈਅ ਕਰ ਰਿਹਾ, ਜੋ ਕਿ ਅਸੀਂ ਮਤਲਬ ਪਹਿਲਾਂ ਚਲਾ ਕੇ ਟਰਾਇਲ ਲਏ ਨੇ, ਦੂਰੀ ਮਿਲੀ ਹੈ ਵੀ ਕਿੰਨਾ ਚੱਲਦਾ, 1 ਘੰਟੇ ਦੇ ਵਿੱਚ 1 ਕਿਲੋਮੀਟਰ ਬਿਲਕੁਲ ਸਲੋ ਵਾਲਾ ਦੌਰਾ ਹੈ। ਅਤੇ ਦੋ ਅਫਸਰਾਂ ਦੇ ਵਿੱਚ ਆਪਾਂ ਹੋਰ ਪਾਈਆਂ ਨੇ, ਹੁਣ ਲੋਹੜ ਵਾਲੇ ਕੰਮਾਂ ਵਾਸਤੇ ਹੈਪੀ ਸੀਡਰ ਹੋਇਆ, ਸੁਪਰ ਸੀਡਰ ਜੋ ਨਵੀਆਂ ਮਸ਼ੀਨਾਂ ਆ ਰਹੀਆਂ ਨੇ, ਰੋਟਾ ਬੀਟਰ ਵੱਡੇ ਰੋਟਾ ਬੀਟਰ ਆ ਗਏ, ਜਾਂ ਮਲਚ ਵਗੈਰਾ ਜੋ ਵੀ ਲੋਹੜ ਵਾਲੀਆਂ ਮਸ਼ੀਨਾਂ ਨੇ, ਰੀਪਰ ਤੂੜੀ ਬਣਾਉਂਦਾ ਉੱਥੇ ਜਾ ਕੇ ਟਰੈਕਟਰ ਜ਼ਿਆਦਾ ਔਖੇ ਹੁੰਦੇ ਟਰੈਕਟਰ ਜ਼ਿਆਦਾਤਰ, ਉਸ ਵਾਸਤੇ ਆਪਣੇ ਟਰੈਕਟਰ ਦੇ ਵਿੱਚ ਔਫਸਰ ਪਾਈਆਂ ਨੇ, ਪੁਰਾਣੇ ਟਰੈਕਟਰ ਮਤਲਬ ਇਹਦੀ ਵੈਲਿਊ ਪੈ ਜੂ ਕੁਛ, ਜਿਹੜੇ ਬੰਦੇ ਕੋਲ ਹੈਗੇ ਨਾ ਵੇਚ ਸਕਦੇ ਉਹਨਾਂ ਨੂੰ, ਹੁਣ ਨਵੇਂ ਟਰੈਕਟਰ ਨੇ ਇਹ ਖਰਾਬ ਕੁਛ ਵੀ ਹੋਇਆ ਇਹਨਾਂ ਦਾ, ਬਸ ਇਸ ਇਕੱਲੇ ਇੱਕ ਫੰਕਸ਼ਨ ਕਿੰਨੀ ਉਹ ਇਹ ਟਰੈਕਟਰ ਮਾਰ ਖਾ ਰਹੇ। ਅਤੇ ਹੁਣ ਆਪਣੇ ਜਨੌਦੇ ਧਮਾਨ ਟਰੈਕਟਰ ਵਰਕਸ਼ਾਪ ਵਿੱਚ ਅਸੀਂ ਟਰੈਕਟਰ ਤਿਆਰ ਕਰਦੇ ਹਾਂ, ਪਹਿਲਾਂ ਅਸੀਂ ਸਵਰਾਜ ਨੂੰ ਵੀ 20 ਗੇਅਰ ਲਾ ਚੁੱਕੇ ਹਾਂ, ਤਕਰੀਬਨ 16-17 ਟਰੈਕਟਰਾਂ ਦੇ ਅਸੀਂ ਉਹ ਉੱਪਰ ਕਰ ਚੁੱਕੇ ਹਾਂ, ਸਾਰੇ ਸਹੀ ਚੱਲਦੇ ਨੇ, ਕਿਸੇ ਦੀ ਕੋਈ ਸ਼ਿਕਾਇਤ ਨਹੀਂ ਹੈਗੀ। ਅਤੇ ਆਪਣਾ ਨੰਬਰ ਹੈਗਾ ਵਰਕਸ਼ਾਪ ਦਾ 99-52-94-773, ਆ ਦੂਸਰਾ ਭਰਾ ਦਾ ਨੰਬਰ ਹੈਗਾ 95-929-44-510। ਹਾਂ 95-929-44-510 ਇਹ ਲਖਵਿੰਦਰ ਸਿੰਘ ਦਾ ਨੰਬਰ ਹੈ ਜੀ, ਜੇ ਕਿਸੇ ਨੇ ਕਨੈਕਟ ਕਰਨਾ। ਬਾਕੀ ਜੋ ਵੀਡੀਓ ਤੁਹਾਨੂੰ ਚੰਗੀ ਲੱਗੂਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀਰ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਲਖਵਿੰਦਰ ਸਿੰਘ ਵੀਡੀਓ ਦੇਖ ਲਈ ਪਹਿਲਾਂ।